ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਲਹਿੰਦੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਹੋਏ ਨੁਕਸਾਨ ਬਾਰੇ, ਅਤੇ ਖਾਲਸਾ ਏਡ ਦੀਆਂ ਉੱਥੇ ਕਿਹੜੀਆਂ ਕਿਹੜੀਆਂ ਸੇਵਾਵਾਂ ਇਸ ਵੇਲੇ ਚੱਲ ਰਹੀਆਂ ਹਨ। ਲਹਿੰਦੇ ਪੰਜਾਬ ਦੇ ਵਿੱਚ ਖੈਬਰ ਪਖਤੂਨ, ਬਲੋਚਿਸਤਾਨ, ਸਿੰਧ ਅਤੇ ਪੰਜਾਬ ਦੇ 5 ਜ਼ਿਲ੍ਹੇ ਜਿਹੜੇ ਬੁਰੀ ਤਰ੍ਹਾਂ ਪਾਣੀ ਤੋਂ ਪ੍ਰਭਾਵਿਤ ਹੋਏ ਹਨ, ਅਤੇ ਖਾਲਸਾ ਏਡ ਦੀਆਂ ਜਿਹੜੀਆਂ ਸੇਵਾਵਾਂ ਨੇ ਉੱਥੇ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਅਸੀਂ ਸ਼ੁਰੂ ਕੀਤੀਆਂ ਹਨ। ਖਾਲਸਾ ਏਡ ਦੀਆਂ ਇਸ ਵੇਲੇ ਉੱਥੇ 4 ਜਿਹੜੀਆਂ ਟੀਮਸ ਨੇ ਉਹ ਅਸੀਂ ਮੋਬਲਾਈਜ਼ ਕੀਤੀਆਂ ਨੇ, ਅਤੇ ਉਹਨਾਂ ਦੇ ਵਿੱਚੋਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਟੀਮਸ ਦੇ ਨਾਲ ਵੀ ਸਾਡੀ ਗੱਲ ਹੋ ਸਕੀ, ਕਿਉਂਕਿ ਉਹ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਸ ਵੇਲੇ ਹਨ, ਹੜ੍ਹ ਤੋਂ ਪ੍ਰਭਾਵਿਤ, ਅਤੇ ਨੈਟਵਰਕ ਦੀ ਕਨੈਕਟੀਵਿਟੀ ਕਰਕੇ ਕਈ ਵਾਰ ਗੱਲ ਕਰਨੀ ਪੋਸੀਬਲ ਨਹੀਂ ਹੋ ਸਕਦੀ। ਜਿਨ੍ਹਾਂ ਨਾਲ ਸਾਡਾ ਸੰਪਰਕ ਹੋਇਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਲਾਈਵ ਕਰਾਂਗੇ। ਅਤੇ ਇਸ ਵੇਲੇ ਜਿਹੜੀ ਪੰਜਾਬੀ ਲਹਿਰ ਟੀਮ ਹੈ ਜਿਹੜੀ ਪਾਕਿਸਤਾਨ ਤੋਂ, ਉਹ ਖਾਲਸਾ ਏਡ ਦੇ ਨਾਲ ਜੁੜ ਕੇ ਵਲੰਟੀਅਰਲੀ ਆਪਣੀਆਂ ਸੇਵਾਵਾਂ ਜਿਹੜੀਆਂ ਨਿਭਾ ਰਹੇ ਹਨ, ਅਤੇ ਉਹ ਟੀਮ ਜਿਹੜੀ ਅੱਜ ਲਾਇਲਪੁਰ ਤੋਂ ਚੱਲ ਕੇ ਡੇਰਾ ਗਾਜੀ ਖਾਨ ਪੰਜਾਬ ਦੇ ਵਿੱਚ ਮੁਲਤਾਨ ਤੋਂ ਅੱਗੇ ਉਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਹਨ, ਅਤੇ ਉਹਨਾਂ ਨਾਲ ਆਪਾਂ ਟੀਮ ਨਾਲ ਜਦੋਂ ਜੁੜੇ ਸਾਡੇ ਨਾਲ ਲਾਈਨ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਦੂਜੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਰਸ਼ਦ ਲੈ ਕੇ ਸ਼ਕਰ ਦਾ ਇਲਾਕਾ ਜਿਹੜਾ ਸਿੰਧ ਦਾ ਇਲਾਕਾ ਪੈਂਦਾ, ਸਿੰਧ ਸੂਬੇ 'ਚ ਪੈਂਦਾ, ਉੱਥੇ ਜਿਹੜੀ ਆਪਣੀ ਸੇਵਾਵਾਂ ਨਿਭਾਉਣ ਲਈ ਜਾ ਰਹੀਆਂ ਹਨ। ਅਤੇ ਇੱਕ ਟੀਮ ਜਿਹੜੀ ਹੈਗੀ ਆ ਸਵਾਤ ਦਾ ਇਲਾਕਾ ਜਿਹੜਾ ਖੈਬਰ ਪਖਤੂਨ ਦੇ ਵਿੱਚ ਪੈਂਦਾ ਅਤੇ ਪਿਸ਼ਾਵਰ ਦੇ ਨੇੜੇ ਇੱਕ ਸ਼ਹਿਰ ਹੈ, ਉਹਨਾਂ ਇਲਾਕਿਆਂ ਦੇ ਵਿੱਚ ਆਪਣੀਆਂ ਜਿਹੜੀਆਂ ਅਸੈਸਮੈਂਟਸ ਅੱਜ ਕੰਪਲੀਟ ਕਰ ਚੁੱਕੀਆਂ ਨੇ, ਅਤੇ ਕੱਲ੍ਹ ਤੋਂ ਜਿਹੜੀ ਹੈਗੀ ਆ ਪ੍ਰੋਕਿਓਰਮੈਂਟ ਕਰਕੇ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਉਹਨਾਂ ਦੀ ਵੰਡ ਜਿਹੜੀ ਸ਼ੁਰੂ ਹੋਵੇਗੀ। ਅਤੇ ਆਪਾਂ ਲਾਈਨ ਦੇ ਉੱਤੇ ਲਵਾਂਗੇ ਨਾਸਰ ਢਿੱਲੋਂ ਜੀ ਨੂੰ, ਜਿਹੜੇ ਪੰਜਾਬੀ ਲਹਿਰ ਇੱਕ ਪ੍ਰੋਗਰਾਮ ਜਿਹੜਾ ਚਲਾ ਰਹੇ ਨੇ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ, ਅਤੇ ਉਹਨਾਂ ਵੱਲੋਂ ਸੇਵਾਦਾਰਾਂ ਦੀ ਇੱਕ ਜਿਹੜੀ ਟੀਮ ਫੋਰਮ ਕੀਤੀ ਗਈ ਹੈ, ਜਦੋਂ ਲਾਈਨ 'ਤੇ ਆਪਣੇ ਨਾਲ ਜੁੜਦੇ ਨੇ ਆਪਾਂ ਗੱਲਬਾਤ ਕਰਾਂਗੇ। ਪਰ ਉਸ ਕਾਲ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਜਿਹੜੀਆਂ ਸੇਵਾਵਾਂ ਉੱਥੇ ਲੈ ਕੇ ਚੱਲੇ ਹਨ ਉਹਦੇ ਵਿੱਚ ਉਹ ਟੈਂਟ ਲੈ ਕੇ ਚੱਲੇ ਹਨ, ਕਿਉਂਕਿ ਬਹੁਤ ਲੋਕਾਂ ਦੇ ਜਿਹੜੇ ਘਰ ਹੈ ਉਹ ਮੀਂਹ ਪੈਣ ਕਰਕੇ ਛੱਤਾਂ ਡਿੱਗ ਚੁੱਕੀਆਂ ਨੇ, ਅਤੇ ਬਾਰਿਸ਼ ਜਿਹੜੀ ਲਗਾਤਾਰ ਹੋ ਰਹੀ ਹੈ, ਅਤੇ ਉਹਨਾਂ ਦੇ ਰਹਿਣ ਦੇ ਲਈ ਉਹ ਟੈਂਟਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ, ਕਰੀਬ 150 ਦੇ ਨੇੜੇ ਟੈਂਟ ਉਹ ਲੈ ਕੇ ਗਏ ਹਨ, ਜਿਹਦੇ ਵਿੱਚ ਇੱਕ ਟੈਂਟ ਦੇ ਵਿੱਚ ਕਰੀਬ 5 ਤੋਂ 6 ਬੰਦੇ ਆਰਾਮ ਨਾਲ ਇੱਕ ਪਰਿਵਾਰ ਦੇ ਜਿਹੜੇ ਰੁਕ ਸਕਦੇ ਹਨ। ਸੋ 150 ਪਰਿਵਾਰਾਂ ਦਾ ਜਿਹੜਾ ਇਨੀਸ਼ੀਅਲ ਸਟੇਜ 'ਤੇ ਉਹ ਟੈਂਟਾਂ ਦਾ ਲੈ ਕੇ ਗਏ ਨੇ। ਇਸ ਤੋਂ ਇਲਾਵਾ ਇੱਕ ਮੈਡੀਕਲ ਦੀ ਟੀਮ ਜਿਹੜੀ ਡਾਕਟਰਸ ਦੀ ਪ੍ਰੋਫੈਸ਼ਨਲਸ ਦੀ ਹਾਇਰ ਕੀਤੀ ਹੈ ਨਾਲ, ਅਤੇ ਇੱਕ ਐਂਬੂਲੈਂਸ ਉਹ ਲੈ ਕੇ ਗਏ ਹਨ, ਕਿਉਂਕਿ ਲਗਾਤਾਰ ਬਾਰਿਸ਼ਾਂ ਹੋਣ ਕਰਕੇ ਬਹੁਤ ਲੋਕ ਬਿਮਾਰ ਵੀ ਹੋ ਰਹੇ ਹਨ, ਅਤੇ ਪੀਣ ਵਾਲਾ ਪਾਣੀ ਜਿਹੜਾ ਹੜ੍ਹਾਂ ਦੇ ਕਰਕੇ ਦੂਸ਼ਿਤ ਹੋ ਜਾਂਦਾ ਹੈ, ਤਾਂ ਉਹਦੇ ਤੋਂ ਵੀ ਬਿਮਾਰੀਆਂ ਜਿਹੜੀਆਂ ਲੱਗਦੀਆਂ ਨੇ, ਅਤੇ ਇਸ ਵੇਲੇ ਡਾਕਟਰੀ ਜਿਹੜੀ ਮਦਦ ਦੀ ਵੀ ਬਹੁਤ ਲੋੜ ਹੈ, ਅਤੇ ਉਹ ਟੀਮਸ ਦੇ ਨਾਲ ਆਪਣੀ ਜਿਹੜੀ ਗਰਾਊਂਡ ਦੇ ਉੱਤੇ ਜਾ ਕੇ ਮੈਡੀਕਲ ਜਿਹੜੀ ਸਪੋਰਟ ਵੀ ਕਰਨਗੇ। ਇਸ ਤੋਂ ਇਲਾਵਾ ਜਿਹੜੀਆਂ ਲੋੜ ਦੀਆਂ ਹੋਰ ਵਸਤਾਂ ਹੁੰਦੀਆਂ ਨੇ, ਜਿਵੇਂ ਰਸ਼ਦ ਹੋ ਗਈ, ਜਿਹੜੇ ਲੋਕ ਆਪਣਾ ਘਰ ਵਿੱਚ ਪਕਾ ਕੇ ਛੱਕ ਸਕਦੇ ਹਨ ਉਹਨਾਂ ਦੇ ਲਈ ਸੁੱਕੀ ਰਸ਼ਦ, ਅਤੇ ਇੱਕ ਲੰਗਰ ਦਾ ਪ੍ਰੋਵੀਜ਼ਨ ਜਿਹੜਾ ਕੀਤਾ ਗਿਆ ਉੱਥੇ, ਉਹਦੇ ਵਿੱਚ ਕੀ ਹੋਊਗਾ, ਕਰੀਬ 500 ਤੋਂ 700 ਬੰਦੇ ਦਾ ਇੱਕ ਡੰਗ ਦਾ ਜਿਹੜਾ ਲੰਗਰ ਤਿਆਰ ਕਰਕੇ ਉਹ ਵਰਤਾਇਆ ਜਾਊਗਾ। ਕੋਸ਼ਿਸ਼ ਇਹ ਹੋਊਗੀ ਕਿ ਦਿਨ ਵਿੱਚ 2 ਜਾਂ 3 ਵਾਰ, ਜਿੰਨੀ ਦਫਾ ਵੀ ਹੋ ਸਕਦਾ, ਉਹ ਇੱਕ ਸੁਰੱਖਿਅਤ ਥਾਂ ਦੇ ਉੱਤੇ ਲੰਗਰ ਤਿਆਰ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚਾਇਆ ਜਾਊਗਾ ਜਿੱਥੇ ਲੋਕ ਪਾਣੀ ਨਾਲ ਘਿਰੇ ਹੋਏ ਹਨ ਅਤੇ ਬੈਠੇ ਨੇ, ਹਜੇ ਜਿਨ੍ਹਾਂ ਤੱਕ ਜਿਹੜੀ ਸੜਕਾਂ ਰਾਹੀਂ ਕੋਈ ਮਦਦ ਨਹੀਂ ਪਹੁੰਚ ਸਕਦੀ, ਅਤੇ ਉਹ ਜਿਹੜੀ ਮਦਦ ਉਹਨਾਂ ਤੱਕ ਪਹੁੰਚਾਈ ਜਾਊਗੀ। ਇਸ ਤੋਂ ਇਲਾਵਾ ਸ਼ਕਰ ਦਾ ਜਿਹੜਾ ਇਲਾਕਾ ਸਿੰਧ ਦਾ, ਉੱਥੇ ਸੁੱਕੀ ਰਸ਼ਦ ਜਿਹੜੀ ਹੈਗੀ ਆ ਲੋਕਾਂ ਤੱਕ ਪਹੁੰਚਾਈ ਜਾਊਗੀ, ਅਤੇ ਨਾਲ ਹੀ ਜਿਹੜੇ ਟੈਂਟ ਨੇ ਉਹ ਲੈ ਕੇ ਜਾਏ ਜਾਣਗੇ। ਜਿਹੜੀ ਸੁੱਕੀ ਰਸ਼ਦ ਹੈ ਉਹ ਸ਼ਨੀਵਾਰ ਸਵੇਰ ਤੋਂ ਵੰਡਣੀ ਸ਼ੁਰੂ ਹੋਣੀ ਹੈ, ਅਤੇ ਜਿਹੜੇ ਟੈਂਟਸ ਨੇ ਉਹ ਸੋਮਵਾਰ ਤੋਂ ਵੰਡੇ ਜਾਣਗੇ, ਅਤੇ ਉਹਨਾਂ ਦੀ ਅਸੀਂ ਹਜੇ ਵੇਟ ਕਰ ਰਹੇ ਹਾਂ ਮਿਲਣ ਦੀ। ਅਤੇ ਜਿਹੜਾ ਸਿੰਧ ਦਾ ਇਲਾਕਾ ਹੈ ਉੱਥੇ ਅਸੈਸਮੈਂਟ ਜਿਹੜੀ ਟੀਮ ਨੇ ਕੰਪਲੀਟ ਕੀਤੀ ਹੈ, ਮਾਫ਼ ਕਰਿਓ, ਜਿਹੜਾ ਖੈਬਰ ਪਖਤੂਨ ਦਾ ਇਲਾਕਾ ਹੈ ਉੱਥੇ ਜਿਹੜੀ ਅਸੈਸਮੈਂਟ ਉਹਨਾਂ ਨੇ ਕੰਪਲੀਟ ਕੀਤੀ ਹੈ ਉਹਦੇ ਵਿੱਚ ਬਹੁਤ ਨੁਕਸਾਨ ਹੈ, ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਰਹੇ ਹੋ, ਅਤੇ ਕੁਛ ਪਰਿਵਾਰਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਕਿ ਫਾਈਨੈਂਸ਼ਲੀ ਕਿੱਡਾ ਲੌਸ ਹੋਇਆ ਉਹਨਾਂ ਲੋਕਾਂ ਨੂੰ, ਅਤੇ ਉਸ ਤੋਂ ਇਲਾਵਾ ਜੋ ਉਹਨਾਂ ਜਿਹੜਾ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਉਹਦੇ ਬਾਰੇ ਵੀ ਉਹਨਾਂ ਨੇ ਗੱਲਬਾਤ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ। ਇਹਨਾਂ ਇਲਾਕਿਆਂ ਦੇ ਵਿੱਚ ਹੁਣ ਜਿਹੜੀਆਂ ਅਸੈਸਮੈਂਟਸ ਦੇ ਵਿੱਚ ਅਸੈਂਸ਼ਲ ਆਈਟਮਸ ਆਈਆਂ ਨੇ ਉਹ ਉਹਨਾਂ ਦੀ ਜਿਹੜੀ ਵੰਡ ਹੈ ਉਹ ਅਸੀਂ ਛੇਤੀ ਹੀ ਸ਼ੁਰੂ ਕਰਾਂਗੇ, ਜਿਵੇਂ ਜਿਵੇਂ ਪ੍ਰੋਕਿਓਰਮੈਂਟ ਇਹਨਾਂ ਚੀਜ਼ਾਂ ਦੀ ਹੋਈ ਜਾ ਰਹੀ ਹੈ। ਅਤੇ ਜੇਕਰ ਇਸ ਸੰਬੰਧੀ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਈਮੇਲ ਦੇ ਉੱਤੇ ਜਿਹੜੀ ਜਾਣਕਾਰੀ ਹੈ ਉਹ ਪੁੱਛ ਸਕਦੇ ਹੋ ਅਤੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਜਿਹੜਾ ਸਕਰੀਨਸ ਦੇ ਉੱਤੇ ਚੱਲ ਰਿਹਾ, ਇਹਦੇ ਉੱਤੇ ਕਿਰਪਾ ਕਰਕੇ ਸਿਰਫ ਤੁਸੀਂ ਸੁਨੇਹਾ ਹੀ ਭੇਜਿਓ। ਇਸ ਸਮੇਂ ਦੌਰਾਨ ਸਾਡੇ ਲਈ ਫੋਨ ਕਾਲਸ ਦੇ ਆਨਸਰ ਕਰਨਾ, ਉੱਤਰ ਦੇਣਾ ਪੋਸੀਬਲ ਨਹੀਂ ਗਾ, ਉਹਦੇ 'ਚ ਕਾਫੀ ਸਮਾਂ ਜਾਂਦਾ। ਸੋ ਪਲੀਜ਼ ਇੰਪੋਰਟੈਂਟ ਮੈਸੇਜ ਹੀ ਭੇਜਿਓ, ਸਾਡੀ ਰਿਕੁਐਸਟ ਹੈ ਸਭ ਨੂੰ। ਅਤੇ ਇਸ ਸਮੇਂ ਦੌਰਾਨ ਸਿਰਫ ਤੁਸੀਂ ਉਹੀ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕਰਿਓ ਅਤੇ ਸਾਨੂੰ ਪੁੱਛਿਓ ਕਿ ਕਿੱਥੇ ਕਿੱਥੇ ਹੋ ਰਿਹਾ ਹੈ ਇਹ ਕਾਰਜ। ਇਸ ਤੋਂ ਇਲਾਵਾ ਅਸੀਂ ਕੱਲ੍ਹ ਨੂੰ ਤੁਹਾਡੇ ਨਾਲ ਹੋਰ ਜਿਹੜੀ ਜਾਣਕਾਰੀ ਹੈ ਜ਼ਮੀਨੀ ਪੱਧਰ ਤੋਂ ਉਹ ਸ਼ੇਅਰ ਕਰਾਂਗੇ, ਜਿਵੇਂ ਜਿਵੇਂ ਸਾਡੀ ਜਿਹੜੀ ਸੇਵਾ ਕਾਰਜ ਅੱਗੇ ਅੱਗੇ ਵੱਧ ਰਹੇ ਹਨ। ਸਾਡੇ ਨਾਲ ਜੁੜ ਚੁੱਕੇ ਨੇ ਵੀਰ ਨਾਸਰ ਢਿੱਲੋਂ, ਜਿਹੜੇ ਕਿ
ਆਰਗੇਨਾਈਜੇਸ਼ਨ ਚਲਾ ਰਹੇ ਨੇ ਪਾਕਿਸਤਾਨ ਦੇ ਵਿੱਚ, ਲਹਿੰਦੇ ਪੰਜਾਬ ਦੇ ਵਿੱਚ, ਅਤੇ ਹੁਣ ਇਸ ਵੇਲੇ ਆਪਣੀ ਟੀਮ ਨੂੰ ਲੈ ਕੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਏਡ ਵੰਡਣ ਲਈ ਗਏ ਹੋਏ ਨੇ, ਅਤੇ ਉਹ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਲਾਈਨ ਦੇ ਉੱਤੇ। ਅਸੀਂ ਨਾਸਰ ਵੀਰ ਨਾਸਰ ਢਿੱਲੋਂ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਨਾਸਰ ਢਿੱਲੋਂ, ਤੁਸੀਂ ਆਪਣੇ ਨਾਲ ਜਿਹੜੇ ਸੰਗਤ ਸਰੋਤੇ ਜੁੜੇ ਹੋਏ ਨੇ, ਤੁਸੀਂ ਪਲੀਜ਼ ਦੱਸੋ ਕਿ ਹੁਣ ਤੁਸੀਂ ਕਿਹੜੇ ਇਲਾਕੇ 'ਚ ਆਏ ਹੋ ਅਤੇ ਕਿੰਨਾ ਸਫ਼ਰ ਤੈਅ ਕਰਕੇ ਇੱਥੇ ਪਹੁੰਚੇ ਹੋ। ਸਲਾਮ ਅਲੈਕੁਮ ਸਾਰਿਆਂ ਨੂੰ ਜੀ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਤੁਸੀਂ ਮੌਕਾ ਦਿੱਤਾ ਬੋਲਣ ਦਾ। ਅਸੀਂ ਇਸ ਵੇਲੇ ਜੀ ਤੌਂਸਾ, ਇੱਕ ਤਹਿਸੀਲ ਡਿਸਟ੍ਰਿਕਟ ਡੀਜੀ ਖਾਨ ਦੀ ਤਹਿਸੀਲ ਹੈ ਤੌਂਸਾ ਸ਼ਰੀਫ। ਤੌਂਸਾ ਸ਼ਰੀਫ ਤੋਂ ਜੇ ਅਸੀਂ ਜਾਈਏ ਕੋਹੇ ਸੁਲੇਮਾਨ ਦੀਆਂ ਪਹਾੜੀਆਂ ਜਿਹੜੀਆਂ ਨਾ, ਉਹਦੇ ਵੱਲ ਨੂੰ ਅੱਗੇ ਇੱਥੇ ਆ ਜਾਂਦਾ ਵਾ ਬਸਤੀ ਬੁਜ਼ਦਾਰ, ਮੰਗੋਠਾ ਈਸਟ, ਮੰਗੋਠਾ ਵੈਸਟ, ਅਸੀਂ ਉਹਨਾਂ ਸਾਈਡਾਂ ਤੇ ਆ ਜਿਹੜੀਆਂ ਕਾਫੀ ਜ਼ਿਆਦਾ ਅਫੈਕਟਡ ਹੋਈਆਂ ਸਨ, ਉਹਨਾਂ ਦਾ ਨੁਕਸਾਨ ਵਾਹਵਾ ਆਇਆ ਸੀ। 14-15 ਤਰੀਕ ਤੇ 16 ਦੇ ਇਹਨਾਂ ਤਰੀਕਾਂ ਤੇ ਹੜ੍ਹ ਆਇਆ ਸੀ ਉੱਥੇ, ਤੇ ਹੁਣ ਮੈਂ ਵੇਖ ਕੇ ਆਇਆ, ਤੁਸੀਂ ਉਹ ਵੀਡੀਓ ਵੇਖੋਗੇ ਕਿ ਉਹ ਬਿਲਕੁਲ ਘਰ ਜਿਹੜੇ ਮਲੀਆ ਮੇਟ ਹੋ ਗਏ ਨੇ, ਸਮਾਨ ਚੁੱਕਣ ਤੱਕ ਦਾ ਉਹਨਾਂ ਲੋਕਾਂ ਨੂੰ ਮੌਕਾ ਨਹੀਂ ਮਿਲਿਆ। ਆਉਂਦੇ ਸੀ ਵੀ ਏਡਾ ਤੇਜ਼ ਪਾਣੀ, ਅੱਜ ਤੱਕ ਇੰਨੀ 70 ਸਾਲਾਂ ਤਰੀਕ 'ਚ ਏਡਾ ਤੇਜ਼ ਪਾਣੀ ਨਹੀਂ ਆਇਆ ਇਸ ਹੜ੍ਹ ਦੇ ਵਿੱਚ। ਤੇ ਇਸ ਵੇਲੇ ਅਸੀਂ ਉੱਥੇ ਪਹੁੰਚੇ ਕਿਉਂਕਿ ਸਫ਼ਰ ਜਿਹੜਾ ਸਾਡਾ, ਅਸੀਂ ਲਾਹੌਰ ਤੋਂ ਲਾਇਲਪੁਰ ਤੋਂ ਅਸੀਂ ਨਿਕਲੇ ਸਾਂ, ਅਸੀਂ ਸਵੇਰੇ ਅਰਲੀ ਮਾਰਨਿੰਗ 6 ਵਜੇ ਚੱਲੇ ਸਾਂ। ਸਾਡੀਆਂ ਜਿਹੜੀਆਂ ਲੋਡਰ ਗੱਡੀਆਂ ਨੇ ਜਿਨ੍ਹਾਂ ਦੇ ਵਿੱਚ ਟੈਂਟ ਹੋਮ, ਸਾਡਾ ਰਾਸ਼ਨ ਦਾ ਸਮਾਨ, ਸਾਡੇ ਮੈਡੀਕਲ ਟੀਮ, ਉਹਨਾਂ ਨੂੰ ਅਸੀਂ ਅਰਲੀ ਚਲਾ ਤੋਰ ਦਿੱਤਾ ਸੀ ਕਿਉਂਕਿ ਉਹ ਸਲੋ ਆਉਣਾ ਸੀ ਉਹਨਾਂ ਨੇ, ਤੇ ਫਿਰ ਵੀ ਸਾਨੂੰ ਇੱਥੇ ਪਹੁੰਚਦਿਆਂ ਪਹੁੰਚਦਿਆਂ ਸ਼ਾਮੀ 4 ਜਿਹੜੇ ਉਹ ਵੱਜ ਗਏ ਸੀ ਅੱਜ ਤੌਂਸਾ ਸ਼ਰੀਫ ਪਹੁੰਚਦਿਆਂ। ਸੋ ਅੱਗੇ ਅਸੀਂ ਮੂਵ ਨਹੀਂ ਕਰ ਸਕੇ ਜ਼ਿਆਦਾ ਅੱਗੇ ਕਿਉਂਕਿ ਹੁਣ ਦਿਨ ਡੁੱਬ ਗਿਆ। ਹੁਣ ਕੱਲ੍ਹ ਤੋਂ ਅਸੀਂ ਆ ਭਰਪੂਰ ਤਰੀਕੇ ਦੇ ਨਾਲ ਆਪਣਾ ਮੈਡੀਕਲ ਕੈਂਪ ਵੀ ਲਾਵਾਂਗੇ ਤੇ ਦੂਜੀਆਂ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਾਂਗੇ। ਠੀਕ ਹੈ ਜੀ, ਅਤੇ ਜਿਹੜਾ ਹੁਣ ਕੱਲ੍ਹ ਤੋਂ ਜਿਹੜਾ ਸੈਟਅਪ ਕਰਨਾ ਜੀ ਕੈਂਪ, ਉਹ ਕਿਹੜੀ ਲੋਕੇਸ਼ਨ, ਕਿਹੜੇ ਪਿੰਡ ਜਾਂ ਜ਼ਿਲ੍ਹੇ ਦੇ ਵਿੱਚ ਆਪਾਂ ਕਰ ਰਹੇ ਹਾਂ ਜੀ ਇਹ? ਕੱਲ੍ਹ ਤੋਂ ਅਸੀਂ ਜੀ ਸਟਾਰਟ ਕਰ ਰਹੇ ਹਾਂ ਡੀਜੀ ਖਾਨ ਦੇ ਕੁਛ ਏਰੀਆ ਨੇ ਉਹਦੇ ਵਿੱਚ ਵਾਹਵਾ ਤੇ ਇਸ ਤਰ੍ਹਾਂ ਦਾ ਕਰਕੇ ਨਾ, ਇੰਡਸ ਹਾਈਵੇ ਦੇ ਉਤਲੀ ਸਾਈਡ ਦੇ ਉੱਤੇ ਉਹਨਾਂ ਏਰੀਆ ਦੇ ਵਿੱਚ ਨੇ ਜਿੱਥੇ ਪਾਣੀ ਹਲੇ ਵੀ ਖਲੋਤਾ। ਸੋ ਉੱਥੇ ਜਾਣ ਦੀ ਉੱਥੇ ਜਿੱਥੇ ਤੱਕ ਪਹੁੰਚ ਸਕੇ ਉੱਥੇ ਪਹੁੰਚਾਂਗੇ। ਜਿੱਥੇ ਅੱਗੇ ਸਾਡੀ ਲੋੜ ਹੋਈ ਕੋਈ ਮੋਟਰਸਾਈਕਲਾਂ ਵਗੈਰਾ ਤੇ ਉੱਥੇ ਅੱਗੇ ਜਾਇਆ ਜਾਂਦਾ ਵਾ, ਵੈਸੇ ਜਾਂ ਪੈਦਲ ਜਾਇਆ ਜਾਂਦਾ ਵਾ। ਕੋਸ਼ਿਸ਼ ਕਰਾਂਗੇ ਡੈਡ ਐਂਡ ਤੱਕ ਜਾਣ ਦੀ ਕੋਸ਼ਿਸ਼ ਤਾਂ ਕਰਾਂਗੇ ਜਿੱਥੇ ਤੱਕ ਸਾਡੇ ਕੋਲ ਜਾਇਆ ਜਾ ਸਕਿਆ। ਸੋ ਅਸੀਂ ਹੁਣ ਜਿਹੜਾ ਵਾ 15 ਦਿਨ ਦਾ ਸੋਚ ਕੇ ਆਏ ਸਾਂ ਵੀ 2 ਵੀਕ ਮੈਡੀਕਲ ਕੈਂਪ ਲਾਵਾਂਗੇ। ਸਾਡੇ ਪੈਰਾਮੈਡੀਕਲ ਫੈਸਲਾਬਾਦ ਤੋਂ, ਲਾਹੌਰ ਤੋਂ, ਚੰਡੀਗੜ੍ਹ ਤੋਂ ਸਾਡੇ ਡਾਕਟਰ ਜਿਹੜੇ ਨੇ ਹਾਇਰ ਕੀਤੇ ਨੇ, ਉਹਨਾਂ ਨੂੰ ਲੈ ਕੇ ਆਏ, ਇੱਕ ਮੈਡੀਕਲ ਦੀ ਪੂਰੀ ਟੀਮ। ਉਹਦੇ ਨਾਲ ਸਾਡੇ ਕੋਲ ਟੈਂਟ ਹੋਮ ਅਸੀਂ ਲੈ ਕੇ ਆਏ 150 ਜਿਹੜਾ ਵਾ ਉਹ। ਇਹ ਸਾਰਾ ਕੁਝ ਜਿਹੜਾ ਮੈਂ ਇਹ ਵੀ ਦੱਸਦਾ ਜਾਵਾਂ, ਇਹ ਤੁਹਾਡੀ ਮਦਦ ਦੇ ਨਾਲ, ਤੁਹਾਡੀ ਹੈਲਪ ਦੇ ਨਾਲ ਜਿਹੜਾ ਵਾ ਸਾਰਾ ਚੱਲਣ ਡਿਆ। ਖਾਲਸਾ ਐਡ ਦੀ ਹੈਲਪ ਦੇ ਨਾਲ ਚੱਲਣ ਡਿਆ, ਉਹਨਾਂ ਦੀ ਹਲਾਸ਼ੇਰੀ ਨਾਲ ਸਾਰਾ ਕੁਝ ਚੱਲਣ ਡਿਆ। ਸੋ ਅਸੀਂ ਵਲੰਟੀਅਰ ਤੌਰ ਤੇ ਸਾਰਾ ਕੁਝ ਖਾਲਸਾ ਐਡ ਨੂੰ ਵੀ ਕਰ ਰਹੇ ਹਾਂ ਕਿਉਂਕਿ ਅਸੀਂ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਦੋਵਾਂ ਮੁਲਕਾਂ ਦੇ ਵਿਚਕਾਰ, ਜਾਂ ਪਾਕਿਸਤਾਨ ਹੋਵੇ, ਇੰਡੀਆ ਹੋਵੇ, ਜਾਂ ਆਪਾਂ ਰਿਲੀਜਨ ਦੀ ਗੱਲ ਕਰ ਲਈਏ, ਇਹ ਭੇਦ ਭਾਵ ਨਹੀਂ ਹੋਣਾ ਚਾਹੀਦਾ। ਜਿਹੜੇ ਬਾਬਾ ਜੀ ਨਾਨਕ ਦਾ ਵੀ ਫਲਸਫਾ ਕਿ ਪਿਆਰ ਹੋਵੇ, ਪਿਆਰ ਵੰਡਿਆ ਜਾਵੇ। ਕੱਲ ਨੂੰ ਉੱਥੇ ਕੋ ਮੁਸਲਿਮ ਸਾਹਿਬ ਖੁਦਾ ਨਾ ਖਾਸਤਾ ਹੁਣ ਤੇ ਇੱਧਰ ਦੇ ਲੋਕ ਆਵਾਜ਼ ਚੁੱਕਣ, ਜਿਵੇਂ ਤੁਸੀਂ ਖਾਲਸਾ ਐਡ ਨੇ ਰਵੀ ਸਿੰਘ ਨੇ ਆਵਾਜ਼ ਚੁੱਕੀ ਆ, ਇੱਧਰ ਦੇ ਲੋਕ ਵੀ ਆਵਾਜ਼ ਚੁੱਕਣ, ਉਹ ਇਸ ਤਰ੍ਹਾਂ ਦਾ ਮਾਹੌਲ ਬਣ ਜਾਏ, ਇੱਕ ਫਰੈਂਡਲੀ ਜਿਹਾ ਮਾਹੌਲ ਬਣ ਜਾਏ। ਸਾਡੀ ਇਹ ਕੋਸ਼ਿਸ਼ ਆ ਇਸ ਐਕਟੀਵਿਟੀ ਦੇ ਵਿੱਚੋਂ ਅਸੀਂ ਉਹ ਇੱਕ ਪਿਆਰ ਦੀ ਜਿਹੜੀ ਆ ਲੜੀ ਪਰੋਣ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਪਿਆਰ ਦੀ ਲੜੀ ਜਿਹੜੀ ਆ ਖਾਲਸਾ ਏਡ ਦੀ ਟੀਮ ਨੇ ਉਹਨੂੰ ਥੋੜਾ ਜਿਹਾ ਜਿਵੇਂ ਬਹੁਤ ਜ਼ਿਆਦਾ ਸਾਡੇ ਤੇ ਮਾਣ, ਸਾਨੂੰ ਸਾਡੇ ਤੇ ਟਰਸਟ ਕੀਤਾ, ਅਸੀਂ ਉਹਨੂੰ ਲੈ ਕੇ ਕੰਟੀਨਿਊ ਕਰ ਰਹੇ ਹਾਂ। ਇਹਦਾ ਜਿਹੜਾ ਵੱਡਾ ਕ੍ਰੈਡਿਟ ਹੈ ਨਾ ਜੀ, ਉਹ ਵਲੰਟੀਅਰਸ ਨੂੰ, ਤੁਹਾਨੂੰ ਤੇ ਤੁਹਾਡੀ ਟੀਮ ਨੂੰ ਜਾਂਦਾ, ਕਿਉਂਕਿ ਤੁਸੀਂ ਮੂਹਰੇ ਹੋ ਕੇ ਇਸ ਇਲਾਕੇ 'ਚ ਸੇਵਾ ਜਿਹੜੀ ਕਰ ਰਹੇ ਹੋ, ਜਿੱਥੇ ਹੋਰ ਟੀਮਸ ਵੀ ਕੰਮ ਕਰ ਰਹੀਆਂ ਨੇ, ਇਹ ਸਭ ਦਾ ਪਿਆਰ ਇੱਕ ਹੈ, ਹੈ ਨਾ ਜੀ? ਅਤੇ ਉਹ ਪਿਆਰ ਜਿਹੜਾ ਸਭ ਨੂੰ ਇਕੱਠਾ ਕਰਦਾ। ਔਖਾ ਸਮਾਂ ਜ਼ਰੂਰ ਆਇਆ ਅਤੇ ਪਰ ਇਹ ਸਾਡੀ ਘਰ ਦੇ ਵਿੱਚ ਹੈ ਅਤੇ ਸਾਡਾ ਆਪਣਾ ਘਰ ਹੈ ਪੰਜਾਬ ਵਿੱਚ, ਚਾਹੇ ਉਹ ਲਹਿੰਦੇ ਵੱਲ ਹੋਵੇ ਚਾਹੇ ਚੜ੍ਹਦੇ ਵੱਲ ਹੋਵੇ, ਅਤੇ ਜਿੱਥੇ ਵੀ ਕੋਈ ਇਹੋ ਜਿਹਾ ਸਮਾਂ ਰੱਬ ਨਾ ਕਰੇ ਕਦੇ ਵੀ ਬਣੇ, ਤਾਂ ਸਾਨੂੰ ਇਹੀ ਹੈ ਕਿ ਲੋਕ ਇਕੱਠੇ ਹੋ ਕੇ ਖੜਨ ਅਤੇ ਜਿਹੜਾ ਪਿਆਰ ਅਤੇ ਭਾਈਵਾਲਤਾ ਦਾ ਸੁਨੇਹਾ ਅੱਗੇ ਜਾਵੇ। ਤੁਸੀਂ ਬਹੁਤ ਸੋਹਣਾ ਉਪਰਾਲਾ ਜਿਹੜਾ ਆਰੰਭਿਆ, ਅਤੇ ਤੁਸੀਂ ਸੇਵਾਦਾਰਾਂ ਨੂੰ ਨਾਲ ਲੈ ਕੇ, ਵਲੰਟੀਅਰਸ ਨੂੰ ਨਾਲ ਲੈ ਕੇ ਜਿਹੜੇ ਤੁਰੇ ਹੋ ਅਤੇ ਲੈ ਕੇ ਚੱਲੇ ਹੋ, ਇਹਦੇ ਲਈ ਤੁਹਾਡਾ ਅਤੇ ਉਹਨਾਂ ਸਾਰੇ ਸੇਵਾਦਾਰਾਂ ਦਾ ਬਹੁਤ ਧੰਨਵਾਦ, ਜਿਹੜੇ ਸਮਾਂ ਕੱਢ ਕੇ ਇਸ ਕਾਰਜ 'ਚ ਆਪਣਾ ਸਹਿਯੋਗ ਦੇ ਰਹੇ ਹਨ। ਅਤੇ ਇੱਕ ਆਪਾਂ ਹੁਣ ਸਾਰਿਆਂ ਨੂੰ ਇਹ ਵੀ ਦੱਸ ਦਈਏ ਜੀ ਕਿ ਜਿਹੜਾ ਤੁਸੀਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ, ਉਹ ਇੱਕ ਦਿਨ ਦੇ ਵਿੱਚ ਕਿੰਨੇ ਕੁ ਲੋਕਾਂ ਦੇ ਲਈ ਜਿਹੜਾ ਲੰਗਰ ਆਪਾਂ ਪਕਾਇਆ ਜਾਊਗਾ, ਅਤੇ ਉਹਨੂੰ ਫਿਰ ਕਿਵੇਂ ਵਰਤਾਇਆ ਜਾਊਗਾ, ਉਹ ਵੀ ਜ਼ਰੂਰ ਤੁਸੀਂ ਦੱਸੋ ਜੀ।
ਫਿਲਹਾਲ ਅਸੀਂ ਜੀ ਲੈ ਕੇ ਆਏ ਹਾਂ, ਜਿਹੜਾ ਸਾਡਾ ਇੱਕ ਟੀਮ ਆਈ ਹੈ, ਅਸੀਂ 500 500 700 800 ਵੀ ਦੋਵੇਂ ਤਿੰਨੇ ਟਾਈਮ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਸਾਰੇ ਦਾ ਸਾਰਾ ਮਟੀਰੀਅਲ ਪਕਵਾਨ ਈਚ ਐਂਡ ਐਵਰੀਥਿੰਗ ਜਿਹੜੇ ਆਪਣੇ ਉੱਧਰੋਂ ਹੀ ਲੈ ਕੇ ਆਏ ਹਾਂ, ਤੇ ਕੋਸ਼ਿਸ਼ ਕਰਾਂਗੇ ਕੋਈ 1000 ਬੰਦੇ ਤੱਕ ਇਹਨੂੰ ਰੋਜ਼ਾਨਾ ਦੀ ਬੁਨਿਆਦ ਤੇ ਲੈ ਕੇ ਜਾਵਾਂਗੇ, ਤੇ ਰਿਮੋਟ ਲੋਕੇਸ਼ਨ ਤੇ ਲੈ ਕੇ ਜਾਵਾਂਗੇ ਇੱਕ ਜਗ੍ਹਾ ਕੇ ਪਕਵਾ ਕੇ, ਅਸੀਂ 5-6 ਜਿਹੜੀਆਂ ਨੇ ਵਹੀਕਲਸ ਦਾ ਅਰੇਂਜ ਕੀਤਾ ਕਿ ਮੁਖਤਲਿਫ ਲੋਕੇਸ਼ਨ ਤੇ ਜਾ ਕੇ ਉਹ ਲਾਇਆ ਜਾਵੇ, ਲੰਗਰ ਲਾਇਆ ਜਾਵੇ। ਲੰਗਰ ਦੇ ਵਿੱਚ ਅਸੀਂ ਚਾਵਲ, ਚਨੇ ਤੇ ਰੋਟੀ, ਪ੍ਰਸ਼ਾਦਾ, ਇਹਨਾਂ ਚੀਜ਼ਾਂ ਦਾ, ਪਾਣੀ, ਜਲ, ਇਹਨਾਂ ਚੀਜ਼ਾਂ ਦਾ ਅਰੇਂਜ ਜਿਹੜਾ ਕੀਤਾ, ਤੇ ਠੀਕ ਹੈ ਕੋਸ਼ਿਸ਼ ਜੀ, ਕਰਾਂਗੇ ਮੈਂ ਅੱਗੇ ਵੀ ਇੱਕ ਗੱਲ ਕਰ ਰਿਹਾ ਇਸ ਵੀਡੀਓ 'ਚ ਕਿ ਭਾਜੀ ਹੁਣਾਂ ਨਾਲ ਮਸ਼ਵਰਾ ਕਰਕੇ ਇਹਨੂੰ ਐਕਸਪੈਂਡ ਕਰਾਂਗੇ ਹੋਰ ਵੀ ਕੋਈ 10-15 ਲੋਕੇਸ਼ਨ ਤੇ, ਜਿਹੜੇ ਹੋਰ ਵਲੰਟੀਅਰ ਨਾਲ ਲਾ ਕੇ ਉੱਥੇ ਤੱਕ ਇਹਨਾਂ ਨੂੰ ਐਕਸਪੈਂਡ ਕੀਤਾ ਜਾਵੇ, ਕਿਉਂਕਿ ਮੈਂ ਜਿਹੜੀ ਪੋਜੀਸ਼ਨ ਵੇਖ ਰਿਹਾ ਜਿਸ ਏਰੀਆ 'ਚ ਭਾਜੀ ਮੈਂ, ਇਹ ਏਰੀਆ ਹੁਣ ਰੀਹੈਬਿਲਿਟੇਸ਼ਨ ਦੇ ਫੇਜ਼ 'ਚ ਹੈ। ਮੈਂ ਆ ਵੀਡੀਓ ਵੀ ਤੁਸੀਂ ਵੇਖੀ ਹੋਈ ਸ਼ਾਇਦ ਲਾਈਵ, ਤੇ ਵੀਡੀਓ ਦੇ ਵਿੱਚ ਉਹ ਲੋਕ ਬਿਲਕੁਲ, ਹੁਣ ਉਹ ਇੱਕ ਮਾਂ ਜੀ ਨਾਲ ਮੈਂ ਗੱਲ ਕਰਨੀ, ਮਾਂ ਜੀ ਕਹਿੰਦੇ ਵੀ ਭੁੱਖ ਅਸੀਂ 10-12 ਦਿਨ ਕੱਟ ਲਈ, ਹੁਣ ਹਲੇ ਵੀ ਸਾਡੇ ਘਰਾਂ 'ਚ ਪਕਾਉਣ ਲਈ ਕੁਛ ਨਹੀਂ, ਆਟਾ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਹੁਣ ਸਾਡੇ ਘਰਾਂ ਦੇ ਵਿੱਚ ਜਿਹੜਾ ਵਾ ਘਰ ਬਿਲਕੁਲ ਤਬਾਹ ਹੋ ਚੁੱਕੇ ਨੇ, ਅਸੀਂ ਬੇਯਾਰੋ ਮਦਦਗਾਰ ਹਾਂ, ਤੇ ਸਾਡੇ ਘਰਾਂ ਤੱਕ ਆ ਕੇ ਪਹੁੰਚ ਕੀਤੀ ਜਾਵੇ, ਕਿਉਂਕਿ ਕੁਛ ਲੋਕ ਜਿਹੜੇ ਨੇ ਉਹ ਸਫੇਦ ਪੋਸ਼ ਵੀ ਨੇ ਜਿਹੜੇ ਕਿਸੇ ਕੋਲ ਮੰਗਦੇ ਨਹੀਂ, ਸੋ ਅਸੀਂ, ਜੀ ਸਾਡੀ ਸਾਰਿਆਂ ਦੀ ਹਿੰਮਤ ਹੈ ਵੀ ਅਸੀਂ ਉਹਨਾਂ ਤੱਕ ਪਹੁੰਚ ਕੇ, ਉਹਨਾਂ ਦੇ ਘਰਾਂ ਤੱਕ ਰੂਟ ਲੈਵਲ ਤੇ ਪਹੁੰਚ ਕੇ, ਉਹਨਾਂ ਦੇ ਘਰਾਂ ਤੱਕ ਪਹੁੰਚਾ ਸਕਦੇ ਹਾਂ, ਜਿਹੜੇ ਝਿਜਕਦੇ ਵੀ ਨੇ, ਸ਼ਰਮਾਉਂਦੇ ਵੀ ਨੇ, ਲੇਕਿਨ ਕਿਸੇ ਕੋਲ ਜੀ ਮੰਗਦੇ ਵੀ ਨਹੀਂ, ਸੋ ਹਾਂਜੀ ਉਹਨਾਂ ਦੇ ਸਫੇਦ ਪੋਸ਼ਾ ਉਹਨਾਂ ਲੋਕਾਂ ਤੱਕ, ਉਹਨਾਂ ਜਿਹੜੇ ਦਿਲ ਦੇ ਸਾਫ਼ ਲੋਕ ਨੇ, ਉਹਨਾਂ ਦੇ ਘਰਾਂ ਤੱਕ ਜਿਹੜੇ ਵੀ ਪਹੁੰਚ ਕਰਨੀ ਸਾਡਾ ਕੰਮ ਹੈ। ਇੱਕ ਬੱਚੇ ਛੋਟੇ ਛੋਟੇ ਦੋ, ਮੈਂ ਉਹਨਾਂ ਨਾਲ ਗੱਲ ਕਰਨ ਡਿਆ ਸਾਂ, ਬੱਚੇ ਮੈਂ ਕਿਹਾ ਉਹ ਛੋਟਾ ਜਿਹਾ ਬਿਲਕੁਲ ਨਾ 4 ਸਾਲ ਦਾ, ਮੈਂ ਕਿਹਾ ਤੁਹਾਡਾ ਘਰ, ਜੀ ਉਹ ਥੱਥਰੀ ਜ਼ਬਾਨ ਜਾਂਦਾ, ਚਾਚੂ ਲੁੜ ਗਿਆ ਵੀ, ਰੁੜ ਗਿਆ ਸਾਡਾ ਘਰ ਬਿਲਕੁਲ, ਉਹ ਬੈਠੇ ਨੇ ਖੁੱਲੇ ਅਸਮਾਨ ਦੇ ਥੱਲੇ। ਸੋ ਇਹ ਸਾਡੀ ਸਾਰਿਆਂ ਦੀ ਬਣਦੀ ਹੈ, ਡਿਊਟੀ ਬਣਦੀ ਹੈ ਐਜ਼ ਏ ਇਨਸਾਨ, ਕਿ ਸਾਰੇ ਇਹਨਾਂ ਲੋਕਾਂ ਦੀ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰੀਏ, ਹੈਲਪ ਕਰੀਏ। ਜੀ ਬਿਲਕੁਲ ਬਿਲਕੁਲ, ਜਿੰਨਾ ਵੱਧ ਤੋਂ ਵੱਧ ਹੋ ਸਕਦਾ, ਕਿਉਂਕਿ ਔਖਾ ਸਮਾਂ ਕਿਸੇ 'ਤੇ ਵੀ ਆ ਸਕਦਾ, ਅਤੇ ਇਹ ਕੋਈ ਅਮੀਰੀ ਜਾਂ ਗਰੀਬੀ ਦੇਖ ਕੇ ਨਹੀਂ ਆਉਂਦਾ, ਜਿਵੇਂ ਤੁਸੀਂ ਗੱਲ ਕਰੀ ਹੈ ਕਿ ਕਈ ਲੋਕਾਂ ਦਾ ਵਿਚਰਨ ਇਹੋ ਜਿਹਾ ਹੁੰਦਾ ਕਿ ਉਹ ਨਾ ਤਾਂ ਕਿਸੇ ਕੋਲ ਜਾ ਕੇ ਹੱਥ ਅੱਡ ਸਕਦੇ ਨੇ ਅਤੇ ਨਾ ਆਪਣੀ ਸਿਚੁਏਸ਼ਨ ਕਿਸੇ ਨੂੰ ਦੱਸ ਸਕਦੇ ਨੇ। ਸੋ ਇੱਕ ਭਾਈਵਾਲਤਾ ਦੇ ਸੁਨੇਹੇ ਰਾਹੀਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚ ਕਰੀਏ, ਅਤੇ ਜਿਹੜੀ ਮਦਦ ਦੀ ਉਹਨਾਂ ਨੂੰ ਲੋੜ ਹੈ ਉਹ ਵੀ ਉਹਨਾਂ ਤੱਕ ਪਹੁੰਚਾਈ ਜਾਵੇ। ਫਿਰ ਨਾਸਰ ਢਿੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ, ਅਤੇ ਅਸੀਂ ਸੰਗਤ ਨਾਲ, ਸਰੋਤਿਆਂ ਨਾਲ, ਸਾਰੇ ਜਿਹੜੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਅਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ, ਉਹਨਾਂ ਨੂੰ ਅਸੀਂ ਕੱਲ੍ਹ ਫੇਰ ਦੁਬਾਰਾ ਅਪਡੇਟ ਜਿਹੜੀ ਤੁਹਾਡੇ ਲਈ ਲੈ ਕੇ ਆਵਾਂਗੇ, ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਕਿ ਕਿੰਨੀ ਜਿਹੜੀ ਥਾਵਾਂ ਦੇ ਉੱਤੇ ਇਹ ਸਰਵਿਸਿਜ਼ ਜਿਹੜੀਆਂ ਸ਼ੁਰੂ ਹੋ ਗਈਆਂ, ਮੁਹੱਈਆ ਕਰਵਾਉਣੀਆਂ ਲੋਕਾਂ ਨੂੰ, ਅਤੇ ਹੋਰ ਸਾਡਾ ਕਿਤੇ ਕੀ ਪਲਾਨ ਹੈ। ਅਤੇ ਇਸ ਤੋਂ ਇਲਾਵਾ ਵੀਰ ਜੀ, ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਂਝਾ ਕਰੋ। ਜ਼ਰੂਰ, ਜੁੜੇ ਨੇ ਮੇਰੇ ਨਾਲ, ਕੰਟੈਕਟ ਕਰਦੇ ਨੇ ਵੀ ਕਿਸ ਤਰ੍ਹਾਂ ਤੁਸੀਂ ਸੇਵਾ ਕਰ ਸਕਦੇ ਸੀ, ਇਹਨੇ ਵੀ ਤੁਸੀਂ ਅਵਲ ਤੇ ਜਿਹੜੇ ਇਥੋਂ ਦੇ ਲੋਕ ਨੇ ਉਹ ਖੁਦ ਜਾ ਕੇ ਉਥੋਂ ਤੱਕ ਪਹੁੰਚ ਕਰੋ, ਜਿਹੜੇ ਬਾਹਰ ਬੈਠੇ ਨੇ ਉਹ ਜੇ ਕੁਝ ਡੋਨੇਟ ਕਰਨਾ ਚਾਹੁੰਦੇ, ਜੇ ਖਾਲਸਾ ਏਡ ਦੀ ਰਾਹੀਂ ਜਾਂ ਸਾਡੇ ਰਾਹੀਂ ਜੇ ਕਰਨਾ ਚਾਹੁੰਦੇ ਹੋ, ਮੈਂ ਉਹਨਾਂ ਨੂੰ ਇਹ ਵੀ ਕਹਿਣਾ ਹੁੰਦਾ ਵੀ ਤੁਸੀਂ ਜਿੱਥੋਂ ਜਿਹੜੇ ਤਰੀਕੇ ਨਾਲ ਸੇਵਾ ਕਰੋ ਜ਼ਰੂਰ ਕਰੋ ਆਪਣਾ, ਪਰਫੈਕਟ ਕੀ ਹੋਇਆ ਵੀ ਤਬਾਹ ਹੀ ਹੋ ਗਿਆ ਬਿਲਕੁਲ, ਜੀ ਉਹ ਜ਼ੀਰੋ ਤੋਂ ਇੱਕ ਘਰ ਬਣਾਉਣਾ ਹੋਇਆ ਨਾ, ਤੇ ਘਰ ਬਣਾਉਣ ਲੱਗੇ ਇੱਕ ਉਮਰ ਬੰਦੇ ਦੀ ਲੱਗ ਜਾਂਦੀ ਹੈ ਪੂਰੀ ਦੀ ਪੂਰੀ, ਜਦੋਂ ਪੂਰੀ ਉਮਰ ਆਪਣਾ ਕੰਮ ਕਰਦਾ ਤੇ ਉਹ ਜ਼ੀਰੋ ਹੋ ਜੇ, ਤੇ ਫਿਰ ਉਹ ਜ਼ੀਰੋ ਤੋਂ ਸ਼ੁਰੂ ਹੋਣਾ, ਜ਼ੀਰੋ ਤੋਂ ਸ਼ੁਰੂ ਹੋਣਾ ਬੜਾ ਔਖਾ, ਤੇ ਰੱਬ ਸਣਾ ਸਾਰਿਆਂ ਨੂੰ ਹਿੰਮਤ ਦੇਵੇ ਤੇ ਪਹੁੰਚ ਉਹਨਾਂ ਤੱਕ ਕਰਨ ਦੀ ਹਿੰਮਤ ਦੇਵੇ। ਬਹੁਤ ਸ਼ੁਕਰੀਆ ਤੁਹਾਡਾ ਜੀ, ਜੀ ਬਿਲਕੁਲ ਜੀ, ਧੰਨਵਾਦ ਵੀਰੇ, ਬਹੁਤ ਬਹੁਤ ਧੰਨਵਾਦ, ਅਤੇ ਜੁੜੇ ਰਹਾਂਗੇ ਤੁਹਾਡੇ ਨਾਲ, ਅਤੇ ਆਪਾਂ ਕੱਲ੍ਹ ਨੂੰ ਦੁਬਾਰਾ ਫਿਰ ਜਿਹੜੀ ਜਾਣਕਾਰੀ ਹੈ ਸਾਰਿਆਂ ਨਾਲ ਅਪਡੇਟ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ, ਜੀ ਸ਼ੁਕਰੀਆ, ਸ਼ੁਕਰੀਆ, ਥੈਂਕ ਯੂ ਜੀ। ਸੋ ਇਹ ਸਨ ਵੀਰ ਨਾਸਰ ਢਿੱਲੋਂ, ਜਿਹੜੇ ਕਿ ਇਸ ਵੇਲੇ ਪੰਜਾਬ ਦੇ ਡੇਰਾ ਗਾਜ਼ੀ ਖਾਨ ਦੇ ਜ਼ਿਲ੍ਹੇ ਦੇ ਵਿੱਚ ਅੱਜ ਪਹੁੰਚੇ ਸੀ, ਅਤੇ ਉੱਥੇ ਬਾਰਿਸ਼ ਕਰਕੇ ਇੱਕ ਤਾਂ ਲਗਾਤਾਰ ਹੋ ਰਹੀ ਹੈ, ਅਤੇ ਦੂਜਾ ਉਹਨਾਂ ਨੇ ਜਿਵੇਂ ਦੱਸਿਆ ਕਿ ਉੱਥੇ ਨੁਕਸਾਨ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਹੁਣ ਉੱਥੇ ਕਿਸੇ ਤਰੀਕੇ ਦਾ ਪ੍ਰਬੰਧ ਇੱਦਾਂ ਦਾ ਕਰਨ ਦੀ ਲੋੜ ਨਹੀਂ ਹੈਗੀ ਕਿ ਉੱਥੇ ਲੰਗਰ ਬਣਾ ਕੇ ਜਿਹੜਾ ਵਰਤਾਉਣ ਦੀ ਲੋੜ ਪਵੇ, ਕਿਉਂਕਿ ਪਾਣੀ ਉਤਰਨਾ ਸ਼ੁਰੂ ਹੋ ਗਿਆ, ਹੁਣ ਰਿਹੈਬਿਲੀਟੇਸ਼ਨ ਦਾ ਜਿਹੜਾ ਕਾਰਜ ਉੱਥੇ ਸ਼ੁਰੂ ਹੋਣਾ ਹੈ ਉਹਦੇ ਵੱਲ ਟੀਮ ਜਿਹੜੀ ਅਸੈਸਮੈਂਟ ਕਰ ਰਹੀ ਹੈ, ਅਤੇ ਜਿਹੜਾ ਰਸ਼ਦ ਮੁੱਢਲੀ ਸਹਾਇਤਾ ਵਜੋਂ ਜਿਹੜਾ ਵੰਡਿਆ ਜਾਣਾ ਹੁਣ ਉਹ ਕੱਲ੍ਹ ਨੂੰ ਉਹਨਾਂ ਥਾਵਾਂ 'ਤੇ ਲੈ ਕੇ ਜਾਣਗੇ, ਅਤੇ ਸਵੇਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿੱਥੋਂ ਲੰਗਰ ਬਣਾ ਕੇ ਵਰਤਾਉਣਾ ਸ਼ੁਰੂ ਹੋਣਾ ਅਤੇ ਟੈਂਟਸ ਵਗੈਰਾ ਵੰਡੇ ਜਾਣਗੇ। ਅਤੇ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ ਰਹੋ ਜੀ ਸਾਡੇ ਨਾਲ, ਅਤੇ ਕੱਲ੍ਹ ਨੂੰ ਅਸੀਂ ਤੁਹਾਡੇ ਤੱਕ ਫਿਰ ਜਿਹੜੀ ਜਾਣਕਾਰੀ ਹੈ ਇਹ ਜ਼ਮੀਨੀ ਪੱਧਰ ਤੋਂ ਸਾਂਝੀ ਕਰਾਂਗੇ। ਅਤੇ ਜਿਵੇਂ ਅਸੀਂ ਪਹਿਲਾਂ ਦੱਸਿਆ, ਸਾਡੇ ਜਿਹੜੇ ਨੰਬਰ ਨੇ ਸਕਰੀਨ ਦੇ ਉੱਤੇ ਆ ਰਹੇ ਹਨ, ਜੇਕਰ ਕਿਸੇ ਨੇ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਸੇਵਾਵਾਂ ਪ੍ਰਤੀ, ਉਹ ਸਾਨੂੰ ਈਮੇਲ ਜਿਹੜਾ ਹੈਗਾ ਭੇਜ ਸਕਦੇ ਹਨ ਜਾਂ ਵਟਸਐਪ ਦੇ ਉੱਤੇ ਸੁਨੇਹਾ ਆਪਣਾ ਛੱਡ ਸਕਦੇ ਹਨ। ਬਹੁਤ ਬਹੁਤ ਧੰਨਵਾਦ ਜੀ, ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।